ਸਸੀ ਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਰੇ ਜੁੜੋ ਠੀਕ ਹੈ ਜਿਵੇਂ ਆਪਾਂ ਜਿਹੜਾ ਆਪਣਾ ਟੈਲੀਗ੍ਰam ਗਰੁੱਪ ਆਪਾਂ ਬਣਾਇਆ ਸੀ ਉਹਦੇ ਉੱਤੇ ਤੁਹਾਡਾ ਵਧੀਆ ਸਪੋਰਟ ਹੈ ਵਧੀਆ ਤੁਸੀਂ ਜੁਆਇਨ ਕਰ ਰਹੇ ਹੋ ਉਹਨੂੰ ਜਲਦੀ ਤੋਂ ਜਲਦੀ ਸ਼ੇਅਰ ਕਰੋ ਵੱਧ ਤੋਂ ਵੱਧ ਮੈਂਬਰ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਪ੍ਰੋਸੈਸ ਦੇਖਦੇ ਹਾਂ ਵੀ ਆਪਾਂ ਕੀ ਕਰਨਾ ਹੈ ਠੀਕ ਹੈ ਜਲਦੀ ਤੋਂ ਜਲਦੀ ਮਤਲਬ ਜੁੜੋ ਜਿੰਨੇ ਜ਼ਿਆਦਾ ਜਿੰਨੇ ਵੱਧ ਕੈਂਡੀਡੇਟ ਆਪਣੇ ਨਾਲ ਜੁੜਨਗੇ ਉੰਨੇ ਹੀ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਹੈ ਕਿਉਂਕਿ ਮਤਲਬ ਕਾਫੀ ਆਪਾਂ ਕਹਿ ਸਕਦੇ ਆ ਵੀ ਵਕੀਲ ਕਾਫੀ ਮਤਲਬ ਲੈਂਦੇ ਨੇ ਖਰਚਾ ਪਾਣੀ ਕਾਫੀ ਆ ਉਸ ਚੀਜ਼ ਤੇ ਆ ਜਾਂਦਾ ਠੀਕ ਹੈ ਤੇ ਆਪਾਂ ਕੀ ਕਰਨਾ ਵੀ ਆਪਾਂ ਜੇਕਰ ਆਪਾਂ ਨੂੰ ਰਿੱਟ ਲਗਾਉਣੀ ਪਈ ਤਾਂ ਆਪਾਂ ਇਕੱਠੇ ਹੋ ਕੇ ਮਤਲਬ ਗਰੁੱਪ ਬਣਾ ਕੇ ਜਿਵੇਂ ਆਪਾਂ ਕਹਿ ਸਕਦੇ ਆ ਵੀ 15 20 ਜਾਨੇ ਇਕੱਠੇ ਹੋ ਕੇ ਉਹਨਾਂ ਨੇ ਰਿੱਟ ਲਗਾਈ ਤਾਂ ਉਹਨਾਂ ਨੂੰ ਖਰਚਾ ਇਸ ਤਰ੍ਹਾਂ ਘੱਟ ਪਊਗਾ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਪ੍ਰੋਸੈਸ ਦੇਖਾਂਗੇ ਬਾਕੀ ਆਪਾਂ ਦੇਖਦੇ ਆ ਤੇ ਇਹ ਜਿਹੜੀ ਮਤਲਬ ਆਪਾਂ ਇਸ ਚੀਜ਼ ਨੂੰ ਇੰਨਾ ਇੱਕ ਮੈਂ ਆਪਾਂ ਕਹਿ ਸਕਦੇ ਆ ਵੀ ਇੱਕ ਭਖ ਦਾ ਭਖ ਮੈਂ ਜਿਹੜਾ ਮੁੱਦਾ ਇਸ ਚੀਜ਼ ਨੂੰ ਬਣਾ ਦੋ ਤੇ ਨਿਊ ਚੈਨਲ ਵਾਲੇ ਵੀ ਇਸ ਚੀਜ਼ ਨੂੰ ਮਤਲਬ ਇਹ ਨਿਊਜ਼ ਜਿਹੜੀ ਦੇਣਾ ਹਰ ਜਗ੍ਹਾ ਮਤਲਬ ਸੋਸ਼ਲ ਮੀਡੀਆ ਤੇ ਇਹੀ ਚੀਜ਼ ਵਾਇਰਲ ਕਰੋ ਕਿ ਪੰਜਾਬ ਪੁਲਿਸ ਨੇ ਘਪਲਾ ਕੀਤਾ ਹੈ ਕੌਨਸਟੇਬਲ ਦੇ ਰਿਜ਼ਲਟ ਦੇ ਵਿੱਚ ਠੀਕ ਹੈ ਜਿੱਥੇ ਤੋਂ ਤੁਹਾਨੂੰ ਮਿਲਦਾ ਜਿਹੜੀ ਚੀਜ਼ ਤੁਹਾਨੂੰ ਮਿਲਦੀ ਆ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ ਤੁਹਾਡੇ ਜਿੰਨੇ ਵੀ ਬਾਕੀ ਚੈਨਲ ਜਿਹੜੇ ਜਿਹੜੇ ਚੈਨਲ ਤੁਸੀਂ ਦੇਖਦੇ ਹੋ ਜਿਹੜੇ ਤੁਸੀਂ ਸਟੱਡੀ ਕਰਦੇ ਹੋ ਸਾਰੇ ਚੈਨਲ ਵਾਲਿਆਂ ਨੂੰ ਮੈਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਸ ਚੀਜ਼ ਪ੍ਰਤੀ ਬੋਲੋ ਸਾਰੇ ਸਾਥ ਦਿਓ ਬੱਚਾ ਦਾ ਕਿਉਂਕਿ ਇਹ ਘਪਲਾ ਹੋ ਰਿਹਾ ਤੇ ਮਤਲਬ ਜਿੰਮੇ ਵਾ ਕਹਿ ਸਕਦੇ ਨੇ ਵੀ ਇੱਕ ਪ ਦਸ ਜਿਹੜੇ ਨੇ ਜਿਹੜੇ ਨਹੀਂ ਪੜੇ ਜਿਹੜੇ ਬੱਚੇ ਸ਼ਫਾਰਸ਼ ਤੇ ਆਧਾਰ ਤੇ ਜਿਹੜੇ ਨੇ ਰਿਸ਼ਵਤ ਦਿੱਤੀ ਹੈ ਉਹ ਜਿਹੜੇ ਸਿਲੈਕਟ ਹੋਣਗੇ ਠੀਕ ਹੈ ਦੇਖੋ ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਗੱਲ ਹੈ ਮੈਂ ਬਾਰ-ਬਾਰ ਇਹੀ ਕਹਿੰਦਾ ਕਿ ਮੈਰਿਟ ਜਦ ਇੰਨੀ ਉੱਪਰ ਕਿਵੇਂ ਜਾ ਸਕਦੀ ਹੈ ਇੱਕ ਬਹੁਤ ਵੱਡਾ ਸਵਾਲ ਹੈ ਕਿ ਮੈਰਿਟ ਜਿਹੜੀ ਇੰਨੀ ਉੱਪਰ ਮੈਰਿਟ ਕਦੇ ਜਾ ਹੀ ਨਹੀਂ ਸਕਦੀ ਇਹਦੇ ਵਿੱਚ ਕਾਪਲਾ ਹੋਇਆ ਮਤਲਬ ਆਪਾਂ ਅਣਪੜ੍ਹ ਨਹੀਂ ਆ ਯਾਰ ਆਪਾਂ ਪੜ੍ਹੇ ਲਿਖੇ ਲੋਕ ਆਪਾਂ ਨੂੰ ਇਹਨਾਂ ਦਾ ਪਤਾ ਹੀ ਆਪਾਂ ਐਗਜ਼ਾਮ ਦਿੱਤੇ ਨੇ ਆਪਾਂ ਕਿਹੜਾ ਇੱਕ ਅਦਾ ਐਗਜ਼ਾਮ ਦਿੱਤਾ ਹੈ ਚਲੋ ਜਿਹੜੇ ਤਾਂ ਨਵੇਂ ਬੱਚੇ ਨੇ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਪਤਾ ਨਹੀਂ ਕਿ ਮੈਟ 70 ਪਲੱਸ ਜਾ ਸਕਦੀ ਹੈ ਠੀਕ ਹੈ ਜਿਹੜੇ ਨਵੇਂ ਬੱਚੇ ਨੇ ਜਿਨ੍ਹਾਂ ਜਿਨ੍ਹਾਂ ਦਾ ਪਹਿਲਾ ਪਹਿਲੀ ਵਾਰ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਜਿਹੜੇ ਯਾਰ ਕਾਫੀ 5-7 ਸਾਲ ਤੋਂ ਪਿਛਲੇ ਤੋਂ ਲਗਾਤਾਰ ਮਿਹਨਤ ਕਰ ਰਹੇ ਨੇ ਜਿਨ੍ਹਾਂ ਦਾ ਆਖਰੀ ਮੌਕਾ ਸੀ ਜਿਨ੍ਹਾਂ ਨੇ ਪੇਪਰ ਦਿੱਤੇ ਉਹਨਾਂ ਨੂੰ ਤਾਂ ਪਤਾ ਹੈ ਵੀ ਇੰਨੀ ਮੈਰਿਟ ਕਦੇ ਵੀ ਨਹੀਂ ਜਾ ਸਕਦੀ ਠੀਕ ਹੈ ਇੱਕ ਬੱਚੇ ਨੇ ਕਮੈਂਟ ਕੀਤਾ ਸੀ ਕਹਿੰਦਾ ਜਿਹੜੀ ਆਪਣੀ 2300 ਪਤਾ ਨਹੀਂ 2267 ਵਾਲੀ ਭਰਤੀ ਹੋਈ ਸੀ ਉਹਦੇ ਵਿੱਚ ਕਹਿੰਦਾ 45 ਨੰਬਰ ਸੀ ਮੇਰੇ ਤੇ ਕਹਿੰਦਾ ਮੇਰਾ ਲਿਸਟ ਦੇ ਵਿੱਚ ਨਾਮ ਆਇਆ ਸੀ ਫਿਜ਼ੀਕਲ ਦੇ ਲਈ ਤੇ ਇਸ ਆਈ ਥਿੰਕ ਉਹਦੇ ਨੰਬਰ ਨਹੀਂ ਮੈਨੂੰ ਕਨਫਰਮ ਹੋਏਗੇ ਬਟ ਉਹਦੇ 65 ਪਲੱਸ ਸੀਗੇ ਤੇ ਉਹਦਾ ਨੰਬਰ ਇਸ ਵਾਰ ਨਹੀਂ ਆਇਆ ਤੇ ਦੇਖੋ ਹੁਣ 25000 ਬੱਚਾ ਸੱਦਿਆ ਗਿਆ ਮੈਂ ਇੱਕ ਵਾਰ ਫਿਰ ਕਹਿਣਾ 25000 ਜਿਹੜਾ ਕੈਂਡੀਡੇਟ ਹੈ ਉਹ ਬੁਲਾਇਆ ਗਿਆ ਤੇ ਤੁਸੀਂ ਇਹ ਦੇਖੋ ਵੀ ਹੁਣ 70 ਪਲੱਸ ਜੇ ਮੈਟ ਗਈ ਹੈ ਜਰਨਲ ਦੀ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੈਰਿਟ ਹੈ ਫਿਰ 80 85 ਪਲੱਸ ਜਾਊਗੀ ਕਿਉਂਕਿ ਜਿਹੜੇ ਬੱਚੇ ਹਨ ਅਗਰ ਬੱਚੇ ਹੁਣ ਦੇਖੋ ਇਹ ਤਾਂ ਹੈ ਨਹੀਂ ਵੀ ਪੰਜਾਬ ਪੁਲਿਸ ਕਾਉਂਸਲ ਦਾ ਜਿਹੜਾ ਫਿਜ਼ੀਕਲ ਮਤਲਬ ਬਹੁਤ ਔਖਾ ਹੈ ਠੀਕ ਹੈ ਇਹ ਜੀ ਗੱਲ ਨਹੀਂ ਆ ਠੀਕ ਹੈ ਤੇ ਬੱਚੇ ਕੁਆਲੀਫਾਈ ਕਰ ਲੈਣਗੇ ਜੇਕਰ 25000 ਦੇ ਵਿੱਚ ਤੁਸੀਂ ਮੰਨ ਕੇ ਚੱਲੋ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਤੁਸੀਂ ਕੱਢ ਲਓ ਵੀ ਕੁਝ ਕ ਬੱਚੇ ਜਿਹੜੇ ਫਰਨਾ ਬੱਚੇ ਜਿਹੜੇ ਹਾਈਟ ਤੋਂ ਨਿਕਲ ਜਾਣਗੇ ਠੀਕ ਹੈ ਕਿੰਨੇ ਕਿ ਨਿਕਲ ਜਾਣਗੇ ਬਤੋ ਬਤ ਬੱਚਾ 3-4000 ਬੱਚਾ ਨਿਕਲ ਜਾਣਾ ਹਾਈਟ ਦੇ ਵਿੱਚੋਂ ਕੁਝ ਡਾਕੂਮੈਂਟ ਦੇ ਵਿੱਚੋਂ ਨਿਕਲ ਜਾਣਾ ਮੰਨ ਕੇ ਚੱਲੋ ਵੀ 15000 ਬੱਚਾ ਜਿਹੜਾ ਐਟ ਲੀਸਟ ਜਿਹੜਾ ਰਹਿ ਜਾਣਾ ਜਿਹੜਾ ਕੁਆਲੀਫਾਈ ਕਰੂਗਾ ਫਿਜ਼ੀਕਲ ਫਿਰ ਇਹਦਾ ਮੈਟਰ ਮਤਲਬ ਜਿਹੜਾ ਮੈਰਿਟ ਹੈ ਬਹੁਤ ਜ਼ਿਆਦਾ ਹਾਈ ਜਾਊਗੀ ਹੁਣ ਸਵਾਲ ਤਾਂ ਇੱਕ ਇਹ ਬਣਦਾ ਹੈ ਵੀ 25000 ਬੰਦੇ ਦੇ ਨੰਬਰ ਜਿਹੜੇ ਨੇ ਉਹ 65 ਤੋਂ ਉੱਪਰ ਹੈਗੇ ਨੇ ਠੀਕ ਹੈ ਇਹ ਬਹੁਤ ਵੱਡਾ ਸਵਾਲ ਹੈ ਇਹ ਮਤਲਬ ਇੱਕ ਛੜਿਆ ਮੈਂ ਆਪਾਂ ਦੇਖ ਸਕਦੇ ਵੀ ਕਾਪੜਾ ਹੋਇਆ ਪਹਿਲੀ ਵਾਰ ਇਸ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਪੰਜਾਬ ਪੁਲਿਸ ਦੀ ਜਿਹੜੀ ਮੈਰਿਟ ਹੈ ਉਹ 75 ਪਲੱਸ 80 ਨੰਬਰ ਦੇ ਲਵੇ ਜਿਹੜੀ ਸਿਲੈਕਸ਼ਨ ਹੋਣੀ ਹੈ ਜਿਸ ਤਰ੍ਹਾਂ ਇਹ ਪ੍ਰੋਸੈਸ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਠੀਕ ਹੈ ਇਹ ਮਤਲਬ ਪੰਜਾਬ ਜਿਹੜੀ ਸਰਕਾਰ ਹੈ ਵੈਸੇ ਤਾਂ ਬਹੁਤ ਗਾਲਾਂ ਨਿਕਲਦੀਆਂ ਨੇ ਮੰਨ ਦੇ ਵਿੱਚੋਂ ਪਰ ਫਿਰ ਵੀ ਕੰਟਰੋਲ ਕਰਨਾ ਪੈਂਦਾ ਹੈ ਕਿਉਂਕਿ ਮੈਂ ਇੱਥੇ ਗਾਲ ਨਹੀਂ ਕੱਢ ਸਕਦਾ ਵੈਸੇ ਮੇਰੇ ਅੰਦਰ ਬਹੁਤ ਮਤਲਬ ਯਾਰ ਗੁੱਸਾ ਆਣਾ ਇਸ ਚੀਜ਼ ਨੂੰ ਲੈ ਕੇ ਵੀ ਇੰਨਾ ਆਪਣਾ ਸਿਸਟਮ ਘਟਿਆ ਲੁੱਟਦੇ ਰਹੇ ਤੇ ਅਖੀਰ ਅਖੀਰਲੇ ਸਾਲ ਉੱਥੇ ਵੀ ਸਾਨੂੰ ਭਾਰਤੀ ਜਦੋਂ ਦੇਣੀ ਆ ਤਾਂ ਉੱਥੋਂ ਵੀ ਭਾਰਤੀ ਤੋਂ ਵੀ ਕਮਾਈ ਕਰਨ ਦੀ ਕੋਸ਼ਿਸ਼ ਕਰਨੀ ਠੀਕ ਹੈ ਜਿਹੜੀ ਸਾਡੀਆਂ ਤਨਖਾਹਾਂ ਨੇ ਮਤਲਬ ਇਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਆਪਾਂ ਦੇਖੋ ਸਰਕਾਰ ਤਾਂ ਮੈਨੂੰ ਮੈਂ ਸਰਕਾਰ ਪ੍ਰਤੀ ਕੁਝ ਵੀ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਇਲੈਕਸ਼ਨ ਦੇ ਸੰਬੰਧ ਵਿੱਚ ਆਪਾਂ ਪਾਰਟੀ ਬਾਜੀ ਦਾ ਕੋਈ ਵੀ ਆਪਾਂ ਇਸ ਚੀਜ਼ ਨੂੰ ਆਪਾਂ ਨਾ ਹੀ ਇਸ ਚੀਜ਼ ਦੇ ਪੱਖ ਵਿੱਚ ਨਾ ਹੀ ਇਸ ਚੀਜ਼ ਦੇ ਵਿਰੋਧ ਵਿੱਚ ਹਾਂ ਸਿਰਫ ਮੈਂ ਉਹ ਚੀਜ਼ ਤੇ ਬੋਲਣਾ ਚਾਹੁੰਦਾ ਜਿੱਥੇ ਆਪਣਾ ਹੱਕ ਬਣਦਾ ਮੈਂ ਜਿਹੜੇ ਆਪਣੇ ਕੈਂਡੀਡੇਟ ਆਪਣੇ ਸਾਰੇ ਭਰਾ ਨੇ ਜਿਹੜੇ ਮਿਹਨਤ ਕਰਦੇ ਨੇ ਦੇਖੋ ਫਿਰ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਨਸ਼ਾ ਨਸ਼ਾ ਆ ਗਿਆ ਨੌਜਵਾਨ ਨਸ਼ਾ ਕਰਦੇ ਨੇ ਨੌਜਵਾਨ ਇਸ ਤਰ੍ਹਾਂ ਕਰਦੇ ਨੇ ਸਾਡੇ ਵਾਰਦਾਤਾ ਹੁੰਦੀਆਂ ਨੇ ਸਾਡੇ ਅਤਵਾਦ ਹੁੰਦਾ ਸਾਡੇ ਗੈਂਗਸਟਰ ਬਣਦੇ ਨੇ ਫਿਰ ਬੱਚੇ ਕਰਨ ਕੀ ਯਾਰ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਹੈਗੀ ਜੋਬ ਹੀ ਨਹੀਂ ਹੈਗੀ ਉਹਨਾਂ ਨੂੰ ਫਿਰ ਬੇਲਾ ਬੰਦਾ ਕਰੇ ਕੀ ਜਿਵੇਂ ਕਿ ਇਹਨਾਂ ਦਾ ਬੇਲਾ ਮਨ ਜਿਹੜਾ ਸ਼ੈਦਾਨ ਦਾਕਰ ਹੁੰਦਾ ਹੈ ਬਾਕੀ ਇਹ ਅਸੀਂ ਬੇਲੇ ਬਣਾਏ ਗਿਆ ਸਰਕਾਰਾਂ ਦੁਆਰਾ ਜਦੋਂ ਸਾਨੂੰ ਰੋਜ਼ਗਾਰ ਨਹੀਂ ਆ ਯਾਰ ਤੁਸੀਂ ਦੇਖੋ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਠੀਕ ਹੈ ਪ੍ਰਾਈਵੇਟ ਚੀਜ਼ਾਂ ਨੂੰ ਸਰਕਾਰ ਪ੍ਰਮੋਟ ਕਰਦੀ ਹੈ ਯਾਰ ਪ੍ਰਾਈਵੇਟ ਚੀਜ਼ਾਂ ਨੂੰ ਕਿਉਂ ਪ੍ਰਮੋਟ ਕਰ ਰਹੀ ਹੈ ਸਰਕਾਰ ਸਰਕਾਰੀ ਚੀਜ਼ਾਂ ਨੂੰ ਕਿਉਂ ਨਹੀਂ ਪ੍ਰਮੋਟ ਕਰ ਰਹੀ ਇੱਕ ਆਪਣੇ ਲੱਖ ਲਾਂਤ ਲੋਕਾਂ ਤੇ ਇਹ ਆ ਵੀ ਸਰਕਾਰੀ ਸਕੂਲ ਦੇ ਵਿੱਚ ਤਾਂ ਬੱਚੇ ਪੜਾ ਨਹੀਂ ਸਕਦੇ ਬਟ ਨੌਕਰੀ ਉਹਨਾਂ ਨੇ ਸਰਕਾਰੀ ਲੈਣੀ ਹੈ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜਾ ਕੇ ਨੌਕਰੀਆਂ ਸਰਕਾਰੀ ਭਾਲਦੇ ਨੇ ਯਾਰ ਫਿਰ ਤੁਹਾਨੂੰ ਨੌਕਰੀ ਸਰਕਾਰੀ ਕਿੱਥੋਂ ਮਿਲਣੀ ਹੈ ਤੁਸੀਂ ਇਹ ਤਾਂ ਸੋਚੋ ਮੂਰਖ ਲੋਕੋ ਤੁਸੀਂ ਕਿਉਂ ਨਹੀਂ ਇਸ ਚੀਜ਼ ਤੇ ਸੋਚਦੇ ਕਿ ਸਾਡੀ ਜਿੰਨੀਆਂ ਸਰਕਾਰੀ ਚੀਜ਼ਾਂ ਆਉਣਗੀਆਂ ਉਹਨਾਂ ਹੀ ਸਾਡੇ ਬੱਚਾ ਨੂੰ ਫਾਇਦਾ ਸਾਡਾ ਜਿਹੜਾ ਆਉਣ ਵਾਲਾ ਫਿਊਚਰ ਹੈ ਉਸ ਚੀਜ਼ ਨੂੰ ਫਾਇਦਾ ਤੇ ਸਾਡੇ ਲਈ ਉਹਨੀਆਂ ਸਹੂਲਤਾਂ ਜ਼ਿਆਦਾ ਹੋਣਗੀਆਂ ਜਿੰਨੀਆਂ ਸਰਕਾਰੀ ਡਿਪਾਰਟਮੈਂਟ ਜਿਹੜੇ ਨੇ ਉਹ ਖੁੱਲਣਗੇ ਜਿੰਨੇ ਜਿਹੜੇ ਕਰਮਚਾਰੀ ਸਾਡੇ ਕੋਲੇ ਜ਼ਿਆਦਾ ਆਉਣਗੇ ਸਾਡਾ ਕੰਮ ਜਿਹੜਾ ਹੈ ਜਲਦੀ ਹੋਊਗਾ ਮਤਲਬ ਹਰ ਇੱਕ ਸਿਸਟਮ ਯਾਰ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਸਰਕਾਰ ਨੇ ਅੱਜ ਤੱਕ ਸਾਨੂੰ ਲੁੱਟਿਆ ਤੇ ਮੈਂ ਤਾਂ ਸਿੱਧਾ ਕਹਿਣਾ ਵੀ ਸਰਕਾਰ ਦਾ ਬਾਈਕਾਟ ਹੋਣਾ ਚਾਹੀਦਾ ਠੀਕ ਹੈ ਇਹ ਚੰਨੀ ਪਹਿਲਾਂ ਯਾਰ ਇਹ ਕਹਿ ਰਿਹਾ ਕਿ ਅਕੇ ਅਸੀਂ ਡਾਇਰੈਕਟ ਭਰਤੀ ਕਰਨੀ ਹੈ ਕੋਈ ਰਿਸ਼ਵਤ ਨਹੀਂ ਚੱਲਣੀ ਸਿੱਧਾ ਮਤਲਬ ਕੋਈ ਕਿਸੇ ਦੀ ਸ਼ਿਫਾਰਸ਼ ਨਹੀਂ ਚੱਲਣੀ ਕੋਈ ਮੇਰਾ ਰਿਸ਼ਤੇਦਾਰ ਨਹੀਂ ਰੱਖਣਾ ਕੋਈ ਮੇਰੀ ਮਾਸੀ ਦਾ ਮੁੰਡਾ ਨਹੀਂ ਰੱਖਣਾ ਕੋਈ ਫਲਾਣਾ ਨਹੀਂ ਰੱਖਣਾ ਇਹ ਨਹੀਂ ਰੱਖਣਾ ਬੋੜ ਹੀ ਰੱਖਣਾ ਠੀਕ ਹੈ ਤੇ ਖੁਦ ਹੀ ਯਾਰ ਇਹ ਕਪੜਾ ਕਰਦੇ ਨੇ ਮਤਲਬ ਸੱਚੇ ਬਣਦੇ ਨੇ ਆਪਣੇ ਕਾਗਜ਼ਾਂ ਦੇ ਵਿੱਚ ਤਾਂ ਦੇਖੋ ਬਹੁਤ ਕੁਝ ਹੁੰਦਾ ਠੀਕ ਹੈ ਅੱਜ ਜਿਹੜਾ ਕੀਤਾ ਜਾਂਦਾ ਉਹ ਕੁਝ ਨਹੀਂ ਹੁੰਦਾ ਬਹੁਤ ਯਰ ਘਟਿਆ ਸਿਸਟਮ ਹੈ ਇਸ ਕਰਕੇ ਤੁਸੀਂ ਇਕੱਠੇ ਹੋ ਕੇ ਰਹੋ ਫਿਰ ਆਪਾਂ ਨੈਕਸਟ ਦੇਖਦੇ ਆਂ ਤੇ ਮੈਂ ਇਹ ਵੀ ਅਪੀਲ ਕਰਦਾ ਜਿਹੜਿਆਂ ਦੇ ਬਈ ਨੰਬਰ ਆ ਗਏ ਤੁਹਾਡੇ 70+ ਨੰਬਰ ਨੇ ਤੁਸੀਂ ਲਿਸਟ ਦੇ ਵਿੱਚ ਆ ਗਏ ਤੁਹਾਡਾ ਫਿਜ਼ੀਕਲੀ ਨਾਮ ਆ ਗਿਆ ਜਿਆਦਾ ਖੁਸ਼ ਹੋਣ ਦੀ ਤੁਹਾਨੂੰ ਜ਼ਰੂਰਤ ਨਹੀਂ ਠੀਕ ਹੈ ਠੀਕ ਹੈ ਇਹ ਗੱਲ ਮੇਰੀ ਤੁਸੀਂ ਧਿਆਨ ਨਾਲ ਸੁਣ ਲਿਓ ਜੇਕਰ ਤੁਸੀਂ ਸਾਡੇ ਨਾਲ ਰਹੋਗੇ ਤਾਂ ਹੀ ਤੁਹਾਡਾ ਫਾਇਦਾ ਹੋਣਾ ਠੀਕ ਹੈ ਚਲੋ ਲਿਸਟ ਤਾਂ ਮਤਲਬ ਦੁਬਾਰਾ ਨਹੀਂ ਆਉਣੀ ਇਸ ਤਰ੍ਹਾਂ ਨਹੀਂ ਹੋਣਾ ਜਾਂ meritਰ نیچے ਜਾਣੀ ਡਾਊਨ ਜਾਣੀ ਇਹ ਤਾਂ ਪਤਾ ਨਹੀਂ ਵੀ ਕੀ ਹੋਣਾ ਬਟ ਜੇਕਰ ਨੰਬਰ ਨਹੀਂ ਦੱਸੇਗੇ ਤਾਂ ਇਹਦੇ ਵਿੱਚ ਤੁਹਾਡਾ ਵੀ ਨੁਕਸਾਨ ਹੈ ਜਿਹਦੇ 80% ਪਲੱਸ ਨੰਬਰ ਨੇ ਉਹਨਾਂ ਦਾ ਵੀ ਨੁਕਸਾਨ ਹੈ ਠੀਕ ਹੈ ਕਿਉਂਕਿ ਤੁਹਾਨੂੰ ਕੀ ਪ੍ਰੂਫ ਹੈ ਕਿ ਤੁਹਾਡੇ ਕਿੰਨੇ ਨੰਬਰ ਨੇ ਤੁਸੀਂ ਕਿਸ ਤਰ੍ਹਾਂ ਭਰਤੀ ਦੇ ਵਿੱਚ ਅੱਗੇ ਜਾਓਗੇ ਜਾਂ ਤੁਸੀਂ ਨਹੀਂ ਅੱਗੇ ਜਾਓਗੇ ਜਸ ਤੁਹਾਡਾ ਫਿਜ਼ੀਕਲ ਦੇ ਲਈ ਕਾਲ ਆਈ ਹੋਵੇ ਤੁਹਾਨੂੰ ਸੋ ਬੜਾ ਮਤਲਬ ਯਾਰ ਇਹ ਆਪਣਾ ਘਟਿਆ ਸਿਸਟਮ ਹੈ ਨਾ ਬਸ ਜਿੰਨਾ ਬੋਲ ਲੋ ਕਹਿੰਦੇ ਓਨੀ ਜਿੰਨੀ ਆਪਾਂ ਲਾਹਣਤਾ ਪਾਈ ਆਪਣੇ ਸਿਸਟਮ ਤੇ ਓਨੀ ਬਹੁਤ ਆਪਾਂ ਕਹਿ ਸਕਦੇ ਹਾਂ ਮੋਨੀਏ ਘਟਨੇ ਸੋ ਪਲੀਜ਼ ਜਿਹੜਾ ਆਪਣਾ ਟੈਲੀਗ੍ਰam ਗਰੁੱਪ ਬਣਾਇਆ ਹੋਇਆ ਤੁਸੀਂ ਜਰੂਰ ਜੁਆਇਨ ਕਰ ਲਓ ਇਹ ਆਪਣਾ ਗਰੁੱਪ ਮੈਂ ਬਣਾਇਸੀ ਦੇਖੋ ਹੁਣ ਤੱਕ ਕਾਫੀ ਸਬਸਕ੍ਰਾਈਬਰ ਜਿਹੜੇ ਆਪਣੇ ਇਚ ਹੋ ਚੁੱਕੇ ਨੇ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਚੈਨਲ ਵਾਲਿਆਂ ਨੂੰ ਅਪੀਲ ਕਰੋ ਕਿ ਆਪਣੇ ਨਾਲ ਆਓ ਠੀਕ ਹੈ ਆਪਾਂ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਵੀ ਟ੍ਰੈਂਡਿੰਗ ਦੇ ਵਿੱਚ ਲੈ ਕੇ ਆਓ ਤਾਂ ਹੀ ਆਪਣਾ ਜਿਹੜਾ ਹਲ ਕੋਈ ਹੋ ਸਕਦਾ ਤੇ ਬਹੁਤ ਜਲਦੀ ਜਿਹੜਾ ਨੇ ਫਿਜ਼ੀਕਲ ਦੀ ਡੇਟ ਦਿੱਤੀ ਆ ਤੇ ਬੱਚੇ ਕਹਿ ਰਹੇ ਨੇ ਕਿ ਫਿਜ਼ੀਕਲ ਆਪਾਂ ਹੋਣ ਨਹੀਂ ਦੇਣਾ ਦੇਖੋ ਆਪਾਂ ਇਹ ਚੀਜ਼ ਨਹੀਂ ਸਿਰਫ ਆਪਾਂ ਆਪਣਾ ਹੱਕ ਮੰਗਣਾ ਵੀ ਸਾਡਾ ਜਿਹੜਾ ਰਿਜ਼ਲਟ ਹੈ ਸਾਡੇ ਨਾਲ ਕੱਟਆਫ ਹੈ ਜਿਹੜੀ ਉਹ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ ਨਾਰਮਲਾਈਜੇਸ਼ਨ ਤੋਂ ਬਾਅਦ ਸਾਡੇ ਨੰਬਰ ਕਿੰਨੇ ਬਣ ਗਏ ਇਹੀ ਇੱਕ ਸਾਡਾ ਜਿਹੜਾ ਮਸਲਾ ਬਣਦਾ ਹੈ ਠੀਕ ਹੈ ਸੋ ਥੈਂਕ ਯੂ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤੇ ਲਾਈਕ ਤੇ ਬਸ ਕਮੈਂਟ ਤਾਂ ਬਸ ਤੁਸੀਂ ਨਿਹਰੀਆਂ ਲਿਆ ਦਿਓ ਕਿ ਨਾ ਬਹੁਤ ਯਾਰ ਮੈਂ ਕਹਿੰਦਾ ਵੀ ਇਸ ਵਾਰ ਤਾਂ ਜੇਕਰ ਕੁਝ ਨਾ ਹੋਇਆ ਤਾਂ ਫਿਰ ਅੱਗੇ ਬਹੁਤ ਮਤਲਬ ਤੱਕਾ ਹੋਰੇ ਸਾਡੇ ਨਾਲ ਹਰ ਇੱਕ ਥਾਂ ਤੇ ਤੱਕਾ ਹੁੰਦਾ ਆਇਆ ਠੀਕ ਹੈ ਤੇ ਤੱਕ ਆਪਾਂ ਖੁਦ ਹੋਣ ਦਿੰਨੇ ਆ ਤੇ ਆਪਾਂ ਇਹ ਚੀਜ਼ ਨੂੰ ਖੁਦ ਹੀ ਰੋਕਣਾ ਇਹ ਆਪਣੀ ਰਿਸਪਾਂਸਿਬਿਲਟੀ ਬਣਦੀ ਹੈ ਠੀਕ ਹੈ ਤੇ ਇੱਕ ਬੰਦਾ ਇਸ ਚੀਜ਼ ਨਾਲ ਨਹੀਂ ਲੜ ਸਕਦਾ ਇਸ ਕਰਕੇ ਜਿਹੜਾ ਆਪਣਾ ਇੱਕਜੁੱਟ ਹੋਣਾ ਇੱਕ ਏਕਤਾ ਹੋਣੀ ਠੀਕ ਹੈ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਥੈਂਕ ਯੂ